ਤੁਸੀਂ ਵੇਖ ਰਹੇ ਹੋ ਜਾਂਜਰ ਤੇ ਐਨ ਆਰ ਆਈ ਨਿਊਜ਼ ਬਲਟਨ ਲਾਪੇਜ ਨੇ ਕੁਝ ਖਬਰਾਂ ਵਰਲਡ ਤੋਂ ਗਾਜਾ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਲੱਗੀ ਭਿਆਨਕ ਅੱਗ ਇੱਕੋ ਪਰਿਵਾਰ ਦੇ 17 ਮੈਂਬਰਾਂ ਦੀ ਮੌਤ ਗਾਜਾ ਪੱਟੀ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਇੱਕ ਪਰਿਵਾਰ ਦੇ ਘੱਟੋ-ਘੱਟ 17 ਮੈਂਬਰਾਂ ਦੀ ਮੌਤ ਹੋ ਗਈ ਇੱਕ ਰਿਸ਼ਤੇਦਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹਮਾਸ ਨਿਯੰਤਰਿਤ ਗਾਜਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜਬਾਲੀਆ ਸ਼ਰਨਾਰਥੀ ਕੈਂਪ ਵਿੱਚ ਇੱਕ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਉੱਥੇ ਸਟੋਰ ਕੀਤੇ ਗੈਸੋਲੀਨ ਕਾਰਨ ਲੱਗੀ ਉਹਨਾਂ ਕਿਹਾ ਹੈ ਕਿ ਇਹ ਸਪਸ਼ਟ ਨਹੀਂ ਹੈ ਕਿ ਗੈਸੋਲੀਨ ਨੂੰ ਅੱਗ ਕਿਵੇਂ ਲੱਗੀ ਉਹਨਾਂ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਮਰਨ ਵਾਲਿਆਂ ਦੀ ਗਿਣਤੀ 21 ਦੱਸੀ ਹੈ ਉਹਨਾਂ ਦੱਸਿਆ ਹੈ ਕਿ ਅੱਗ ਨੇ ਇਮਾਰਤ ਦੀ ਉੱਪਰਲੀ ਮੰਜ਼ਲ ਨੂੰ ਤਬਾਹ ਕਰ ਦਿੱਤਾ ਇਹ ਅਪਾਰਟਮੈਂਟ ਅਬੂ ਰਾਇਆ ਪਰਿਵਾਰ ਦਾ ਹੈ ਪਰਿਵਾਰ ਦੇ ਬੁਲਾਰੇ ਮੁਹੰਮਦ ਅਬੂ ਰਾਇਆ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਹੈ ਕਿ ਪਰਿਵਾਰ ਬੱਚੇ ਦੇ ਜਨਮ ਦਿਨ ਦੀ ਪਾਰਟੀ ਲਈ ਇਕੱਠਾ ਹੋਇਆ ਸੀ ਅਬੂ ਰਾਇਆ ਨੇ ਕਿਹਾ ਹੈ ਕਿ ਮਾਰੇ ਗਏ ਲੋਕਾਂ ਵਿੱਚ ਅਬੂ ਰਿਆਸ ਦੀਆਂ ਤਿੰਨ ਪੀੜ੍ਹੀਆਂ ਦੇ ਮੈਂਬਰ ਸ਼ਾਮਲ ਹਨ ਜਿਨ੍ਹਾਂ ਵਿੱਚ ਇੱਕ ਜੋੜਾ ਉਹਨਾਂ ਦੇ 5 ਪੁੱਤਰ 2 ਨੂੰਹਾਂ ਅਤੇ 8 ਪੋਤੇ-ਪੋਤनियां ਸ਼ਾਮਲ ਹਨ ਬਾਕੀ ਪੀੜਾਂ ਦੀ ਪਛਾਣ ਤੁਰੰਤ ਨਹੀਂ ਹੋ ਸકી ਹੈ। ਲੋਕਾਂ ਦੇ ਅਗਲੀ ਖਬਰ ਵੱਲ ਚੀਨ ਦੇ ਗੁਆਂਗਜ਼ੂ ਸ਼ਹਿਰ ਵਿੱਚ ਆਈਸੋਲੇਸ਼ਨ ਦੇ ਲਈ 2.5 ਲੱਖ ਵਾਧੂ ਬਿਸਤਰੇ ਲਗਾਉਣ ਦੀ ਯੋਜਨਾ ਚੀਨ ਦੇ ਦੱਖਣੀ ਗੁਆਂਗਜ਼ੂ ਸ਼ਹਿਰ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਦੇ ਨਾਲ ਨਜਿੱਠਣ ਲਈ ਲਗਭਗ 2.5 ਲੱਖ ਲੋਕਾਂ ਦੇ ਲਈ ਆਈਸੋਲੇਸ਼ਨ ਸਹੂਲਤਾਂ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਇਹ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਗਿਆ ਜਦੋਂ ਰਾਸ਼ਟਰੀ ਸਰਕਾਰ ਮਹਾਮਾਰੀ ਵਿਰੋਧੀ ਉਪਾਵਾਂ ਦੇ ਪ੍ਰਭਾਵ ਨੂੰ ਘਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਾਰਨ ਲੱਖਾਂ ਲੋਕ ਆਪਣੇ ਘਰਾਂ ਵਿੱਚ ਕੈਦ ਹਨ ਲਗਭਗ 1.3 ਕਰੋੜ ਦੀ ਆਬਾਦੀ ਵਾਲੇ ਗੁਆਂਗਜ਼ੂ ਸ਼ਹਿਰ ਵਿੱਚ ਅਕਤੂਬਰ ਦੀ ਸ਼ੁਰੂਆਤ ਤੋਂ ਮਹਾਮਾਰੀ ਫੈਲਨੀ ਸ਼ੁਰੂ ਹੋਈ ਅਤੇ ਪਿਛਲੇ 24 ਘੰਟਿਆਂ ਵਿੱਚ ਲਾਗ ਦੇ 9680 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਇਹ ਦੇਸ਼ ਭਰ ਵਿੱਚ ਕੋਵਿਡ-19 ਦੇ 23276 ਮਾਮਲਿਆਂ ਦਾ ਲਗਭਗ 40% ਹੈ ਚੀਨ ਵਿੱਚ ਲੱਗਦੇ ਮਾਮਲਿਆਂ ਦੀ ਸੰਖਿਆ ਅਮਰੀਕਾ ਅਤੇ ਹੋਰ ਵੱਡੇ ਦੇਸ਼ਾਂ ਦੇ ਮੁਕਾਬਲੇ ਘੱਟ ਹੈ ਪਰ 70 ਤਾਰੇ ਕਮਿਊਨਿਸਟ ਪਾਰਟੀ ਹਰ ਮਰੀਜ਼ ਨੂੰ ਇਕਾਂਤ ਵਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਖੇਤਰਾ ਸਕੂਲਾਂ ਅਤੇ ਕਾਰੋਬਾਰਾਂ ਤੇ ਵਾਰ-ਵਾਰ ਪਾਬੰਦੀਆਂ ਲਗਾਉਣ ਨਾਲ ਲੋਕਾਂ ਦਾ ਗੁੱਸਾ ਭੜਕ ਰਿਹਾ ਹੈ ਅਤੇ ਉਹਨਾਂ ਦੀਆਂ ਸਿਹਤ ਕਰਮਚਾਰੀਆਂ ਨਾਲ ਝੜਪਾਂ ਹੋ ਰਹੀਆਂ ਹਨ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਹੋ ਰਹੀ ਵੀਡੀਓ ਦੇ ਅਨੁਸਾਰ ਗੁਆੰਗਜ਼ੋ ਵਿੱਚ ਗੁੱਸੇ ਵਿੱਚ ਆਏ ਵਸਨੀਕ ਸਿਹਤ ਕਰਮਚਾਰੀਆਂ ਦੁਆਰਾ ਲਗਾਏ ਗਏ ਬੈਰੀਕ ਦਨੂ ਹਟਾਉਂਦੇ ਹੋਏ ਦੇਖੇ ਗਏ ਲੋਕਾਂ ਦੇ ਅੱਗੇ ਖਬਰ ਵਾਲੇ ਸਿਰਫ 20 ਲੱਖ ਰੁਪਏ ਵਿੱਚ ਵੇਚੀ ਗਈ ਇਮਰਾਨ ਨੂੰ ਸਾウਦੀ ਪ੍ਰਿੰਸ ਤੋਂ ਤੋਹਫੇ ਵਜੋਂ ਮਿਲੀ ਦੁਰਲਭ ਕੜੀ ਵਿਵਾਦਾਂ ਵਿੱਚ ਘਿਰੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ ਇਸ ਵਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਸਾウਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਵੱਲੋਂ ਦਿੱਤੇ ਤੋਹਫਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ ਕ੍ਰਾਊਨ ਪ੍ਰਿੰਸ ਨੇ ਇਮਰਾਨ ਖਾਨ ਨੂੰ ਵਿਸ਼ੇਸ਼ ਤੌਰ ਤੇ ਬਣਾਈ ਦੁਰਲਭ ਕੜੀ ਸੋਨੇ ਦੀ ਪੈਨ ਅੰਗੂਠੀ ਅਤੇ ਕਫਲਿੰਕ ਤੋਹਫੇ ਵਜੋਂ ਦਿੱਤੇ ਸਨ ਜਾਣਕਾਰੀ ਮੁਤਾਬਕ ਇਮਰਾਨ ਨੂੰ ਦਿੱਤੇ ਅਨਮੋਲ ਤੋਹਫੇ ਵਿੱਚ ਸ਼ਾਮਲ ਦੁਰਲਭ ਕੜੀ ਸਿਰਫ 20 ਲੱਖ ਰੁਪਏ ਵਿੱਚ ਵੇਚ ਦਿੱਤੀ ਗਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਖਰੀਦਦਾਰ ਉੱਪਰ ਉਮਰ farooq ਹੈ ਜੋ ਕਿ ਦੁਬਈ ਦਾ ਰਹਿਣ ਵਾਲਾ ਕਾਰੋਬਾਰੀ ਹੈ ਉਹਨਾਂ ਦੱਸਿਆ ਹੈ ਕਿ ਉਹਨਾਂ ਕੋਲ ਬੇਸ਼ਕੀਮਤੀ ਕੜੀਆਂ ਦਾ ਭੰਡਾਰ ਹੈ ਉਸਨੇ ਅੱਗੇ ਖੁਲਾਸਾ ਕੀਤਾ ਹੈ ਕਿ ਇਮਰਾਨ ਖਾਨ ਦੀ ਜਾਇਦਾਦ ਰਿਕਵਰੀ ਯੂਨਿਟ ਦੇ ਸਾਬਕਾ ਮੁਖੀ ਮਿਰਜ਼ਾ ਸ਼ਹਿਜ਼ਾਦ ਅਕਬਰ ਨੇ ਉਸ ਕੋਲ ਪਹੁੰਚ ਕਰਕੇ ਪੁੱਛਿਆ ਸੀ ਕਿ ਕੀ ਉਹ ਦੁਰਲਭ ਕੜੀ ਖਰੀਦਣਾ ਚਾਹੁੰਦੇ ਹਨ ਉਸ ਤੋਂ ਬਾਅਦ ਹੀ farooq ਨੇ ਸ਼ੁਰੂ ਕੀਤਾ ਫਾਰੂਕ ਨੇ ਦੱਸਿਆ ਹੈ ਕਿ ਘੜੀ ਖਰੀਦਣ ਤੋਂ ਬਾਅਦ ਉਸਨੇ ਉਸ ਦੀ ਗੁਣਵੱਤਾ ਜਾਂਚਣ ਦੇ ਲਈ ਘੜੀ ਡੀਲਰ ਕੋਲ ਛੱਡ ਦਿੱਤੀ ਸੀ ਅਸਲ ਵਿੱਚ ਫਾਰੂਕ ਨੂੰ ਦੱਸਿਆ ਗਿਆ ਸੀ ਕਿ ਘੜੀ ਇੱਕ ਅਨਮੋਲ ਹੀਰੇ ਨਾਲ ਜੜੀ ਹੋਈ ਹੈ ਖਾਨਾ ਇਕਾਬਾ ਵਾਚ ਫੇਸ ਵਾਲੀ ਇਹ ਘੜੀ ਇੱਕ ਮਾਸਟਰਪੀਸ ਸੀ ਇਸ ਦੀ ਬਾਜ਼ਾਰੀ ਕੀਮਤ 12 ਤੋਂ 13 ਮਿਲੀਅਨ ਡਾਲਰ ਦੱਸੀ ਗਈ ਹੈ